ਕੱਲ ਭਾਰਤ ਤੇ ਪਾਕਿਸਤਾਨ ਦਾ ਮੈਚ ਸੀ ਜਿਸ ਦੇ ਦੌਰਾਨ ਭਾਰਤ ਨੇ ਇਹ ਮੈਚ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਖੇਡਿਆ ਪਰ ਇਸ ਮੈਚ ਦੇ ਦੌਰਾਨ ਅਖੀਰ ਦੇ ਵਿੱਚ ਭਾਰਤੀ ਖਿਡਾਰੀ ਅਰਸ਼ਦੀਪ ਦੇ ਵੱਲੋਂ ਇੱਕ ਕੈਚ ਛੁੱਟ ਗਿਆ ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਟ੍ਰੋਲਿੰਗ ਕੀਤੀ ਜਾ ਰਹੀ ਹੈ ਅਰਸ਼ਦੀਪ ਨੂੰ ਸਮਾਜ ਦੇ ਕੁਝ ਅੰਸਰਾਂ ਦੇ ਵੱਲੋਂ ਕੱਲ ਖਾਲਸਥਾਨੀ ਵੀ ਕਿਹਾ ਗਿਆ ਜਿਸ ਤੋਂ ਬਾਅਦ ਇਹ ਵਿਵਾਦ ਭੱਖਦਾ ਹੀ ਚਲਾ ਗਿਆ ਔਰ ਲਗਾਤਾਰ ਉਸ ਤੋਂ ਬਾਅਦ ਇਸ ਵਿਵਾਦ ਤੋਂ ਬਾਅਦ ਅਰਸ਼ਦੀਪ ਦੀ ਟ੍ਰੋਲਿੰਗ ਸ਼ੁਰੂ ਹੋਈ ਇਸ ਦੇ ਦਰਮਿਆਨ ਹੁਣ ਵੱਡੀਆਂ ਹਸਤੀਆਂ ਅਰਸ਼ਦੀਪ ਦੀ ਹਮਾਇਤ ਦੇ ਵਿੱਚ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਔਰ ਇਸ ਤੋਂ ਇਲਾਵਾ ਹਰਪਜਨ ਸਿੰਘ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਝੱਡਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਸਾਹਮਣੇ ਆਈਆਂ ਨੇ ਔਰ ਅਰਸ਼ਦੀਪ ਦੀ حمایت ਕਰਨ توریاں نے ਤੁਹਾਨੂੰ ਦੱਸ ਦਈਏ ਕਿ ਹਰਪਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਈ ਵੀ ਖਿਡਾਰੀ ਕਦੇ ਜਾਣ ਬੁੱਝ ਕੇ ਕੈਚ ਨਹੀਂ ਛੱਡਦਾ ਫਿਰ ਕੀ ਹੋ ਗਿਆ ਜੇ ਕੈਚ ਇੱਕ ਵਾਰ ਹੱਥੋਂ ਛੁੱਟ ਗਿਆ ਸੀਗਾ ਜਾਣ ਬੁੱਝ ਕੇ ਨਹੀਂ ਛੱਡਿਆ ਗਿਆ ਪਰ ਖਿਡਾਰੀ ਦੀ ਜਿਹੜਾ ਇੱਕ ਖੇੜ ਸੀ ਬਹੁਤ ਵਧੀਆ ਰਹੀ ਹੈ ਇਸ ਤੋਂ ਇਲਾਵਾ ਰਾਘਵ ਚੱਡਾ ਨੇ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਕਮੈਂਟ ਕੀਤੇ ਨੇ ਔਰ ਵਿਰਾਟ ਕੋਹਲੀ ਨੇ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਕਮੈਂਟ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਦੇ ਵੱਲੋਂ ਇੱਕ ਕੈਚ ਛੁੱਟ ਜਾਣ ਦਾ ਮਾਮਲਾ ਇੰਨਾ ਕਿ ਭੱਕ ਗਿਆ ਕਿ ਉਹਨਾਂ ਨੂੰ ਖਾਲਸਥਾਨੀ ਕਹਿ ਦਿੱਤਾ ਗਿਆ ਕੁਝ ਲੋਕਾਂ ਦੇ ਵੱਲੋਂ ਖਾਲਸਥਾਨੀ ਕਿਹਾ ਗਿਆ ਪਾਕਿਸਤਾਨ

ਕਾਫੀ ਟਵੀਟ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਟਿੱਪਣੀਆਂ ਨੂੰ ਲੈ ਕੇ ਸਵਾਲੇ ਖੜਾ ਹੁੰਦਾ ਹੈ ਕਿ ਇਹਨਾਂ ਖਿਡਾਰੀਆਂ ਨੂੰ ਕਿਉਂ ਟ੍ਰੋਲਿੰਗ ਕੀਤੀ ਜਾਂਦੀ ਹੈ ਜਿਹੜੇ ਖਿਡਾਰੀ ਨਵੇਂ ਖੇਡ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਤਾਂ ਮਿਲਦੇ ਨੇ ਪਰ ਉਹਨਾਂ ਮੌਕਿਆਂ ਦੇ ਦਰਮਿਆਨ ਉਹਨਾਂ ਨੂੰ ਟ੍ਰੋਲਿੰਗ ਕਿਉਂ ਕੀਤੀ ਜਾਂਦੀ ਹੈ ਬਹੁਤ ਵੱਡਾ ਸਵਾਲ ਖੜਾ ਹੁੰਦਾ ਅਰਸ਼ਦੀਪ ਨੂੰ ਲੈ ਕੇ ਵੀ ਸੋਚਣ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇੱਕ ਮੈਦਾਨ ਦੇ ਵਿੱਚ ਖਿਡਾਰੀ ਖੇਡ ਖੇਡਦਾ ਹੁੰਦਾ ਉਹਦਾ ਪੂਰਾ ਦਾ ਪੂਰਾ ਫੋਕਸ ਔਰ ਉਹਦੇ ਦਿਮਾਗ ਦੇ ਉੱਤੇ ਜਿਹੜਾ ਪ੍ਰੈਸ਼ਰ ਹੈ ਆਪਣੀ ਖੇਡ ਖੇਡ ਕੇ ਜਿੱਤਣਾ ਹੈ ਔਰ ਉਸ ਖੇਡ ਦੇ ਦਰਮਿਆਨ ਬਹੁਤ ਕੁਝ ਹੋ ਸਕਦਾ ਹੈ ਬਹੁਤ ਸਾਰੇ ਖਿਡਾਰੀ ਡਿੱਗ ਵੀ ਜਾਂਦੇ ਨੇ ਸੱਟਾਂ ਵੀ ਲੱਗਦੀਆਂ ਨੇ ਜ਼ਖਮੀ ਵੀ ਹੁੰਦੇ ਨੇ ਔਰ ਕਈ ਵਾਰੀ ਵੱਡੀਆਂ ਸੱਟਾਂ ਵੀ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਵੱਡੀਆਂ ਸੱਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਖੇਡਦੇ ਆ ਖੇਡਦੇ ਆ ਹੱਥਾਂ ਚੋਂ ਕੈਚ ਛੁੱਟ ਜਾਂਦੇ ਨੇ ਜਾਂ ਫਿਰ ਛੱਕਾ ਲਗਾਉਂਦੇ ਹੋਏ ਕਈ ਵਾਰ ਕੈਚ ਦੇ ਵਿੱਚ ਉਹ ਆਊਟ ਹੋ ਜਾਂਦੇ ਨੇ ਪਰ ਖੇਡ ਇੱਕ ਇਦਾਂ ਦੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਕਦੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਖੇਡ ਕਿਸ ਪਲੜੇ ਦੇ ਵਿੱਚ ਜਾਏਗੀ ਸੋ ਖੇਡ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਖੇਡੀ ਜਾਂਦੀ ਹੈ ਔਰ ਪਤਾ ਵੀ ਨਹੀਂ ਲੱਗਦਾ ਐਂਡ ਵਿੱਚ ਨਤੀਜਾ ਕੀ ਹੋਊਗਾ ਸੋ ਫਿਰ ਕੀ ਹੋ ਗਿਆ ਕਿ ਜੇਕਰ ਅਰਸ਼ਦੀਪ ਦੇ ਹੱਥੋਂ ਇੱਕ ਕੈਚ ਛੁੱਟ ਗਿਆ ਇੰਨਾ ਵਿਵਾਦ ਕਿਉਂ ਖੜਾ ਹੋਇਆ ਸੋਚਣ ਵਾਲੀ ਗੱਲ ਹੈ ਬਹੁਤ ਸਾਰੀਆਂ ਹਸਤੀਆਂ ਦੇ ਵੱਲੋਂ ਅਰਸ਼ਦੀਪ ਦੇ ਹੱਕ ਦੇ ਵਿੱਚ ਜਿਹੜੀ ਹੈ ਹਮਾਇਤ ਕੀਤੀ ਜਾਂਦੀ ਹੈ ਪਰ ਕਿਉਂ ਸਮਾਜ ਦੇ ਕੁਝ ਇਹੋ ਜਿਹੇ ਅਨਸਰ ਇਸ ਤਰ੍ਹਾਂ ਦੀਆਂ ਗੱਲਾਂ ਫਲਾਉਂਦੇ ਨੇ ਜਿਦੇ ਨਾਲ ਸਾਡੇ ਸਮਾਜ ਦੇ ਵਿੱਚ ਲੋਕ ਗਣ ਲੋਕਾਂ ਦੇ ਵਿੱਚ ਵਿਵਾਦ ਖੜਾ ਹੋਵੇ ਲੋਕ ਇੱਕ ਦੂਜੇ ਦੇ ਇੱਕ ਦੂਸਰੇ ਨੂੰ ਦੁਸ਼ਮਣ ਦੀ ਅੱਖ ਦੇ ਨਾਲ ਵੇਖਣ ਸਾਨੂੰ ਇਹਨਾਂ ਲੋਕਾਂ ਤੋਂ ਇਹਨਾਂ ਸਮਾਜ ਵਿਰੋਧੀ ਅੰਸਰਾਂ ਤੋਂ ਬਚਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਔਰ ਆਪਣੇ ਖਿਡਾਰੀਆਂ ਦਾ ਸਾਥ ਦੇਣ ਦੀ ਲੋੜ ਹੈ